ਸਤਿ ਸ਼੍ਰੀ ਅਕਾਲ ਬਾਈ। ਸੋ ਚੱਲੇ ਸੀਗੇ ਗੇੜੇ 'ਤੇ ਅਤੇ ਬਾਈ ਸਵੇਰੇ ਸਵੇਰੇ ਲੱਗ ਗਈ ਭੁੱਖ, ਰਾਤ ਆਏ ਸੀਗੇ ਲੇਟ, ਰਾਤ ਵੀ ਨਹੀਂ ਕੁਝ ਖਾਣ ਨੂੰ ਲੱਭਿਆ ਅਤੇ ਮੈਂ ਅਤੇ ਸੁਖਵੰਤ ਦੋਨੋਂ ਵੀਰ ਆਪਣੇ ਘਰ ਸੀਗੇ। ਸੁਖਵੰਤ ਵੀਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਦੋਸਤੋ, ਠੀਕ ਠਾਕ ਜੋ? ਸਭ ਠੀਕ ਨੇ ਅਤੇ ਤੁਹਾਨੂੰ ਪਰੌਂਠੇ ਦਿਖਾਉਂਦੇ ਹਾਂ। ਕੱਚੇ ਪੱਖੇ ਲਾ ਗਏ ਆ, ਜਿੱਦਾਂ ਦੇ ਵੀ ਆ ਖਾਣ ਯੋਗ ਹੋ ਗਏ ਆ। ਬਾਕੀ ਖਲਾਰਾ ਸਾਰਾ ਪਾਇਆ ਹੋਇਆ ਰਸੋਈ 'ਚ ਸਵੇਰੇ ਸਵੇਰੇ ਅਤੇ ਚੱਲੇ ਸੀਗੇ ਦੋਨੋਂ ਜਣੇ ਗੇੜੇ 'ਤੇ, ਭਾਂਡੇ ਭੁੰਡੇ ਧੋਤੇ। ਆਲ ਗੁੱਡ ਬ੍ਰੋ, ਆਲ ਗੁੱਡ। ਚਲੋ ਬਾਈ ਖਾਈਏ ਪੀਏ ਅਤੇ ਨਿਕਲਦੇ ਇੱਥੋਂ, ਫਿਰ ਕਰਦੇ ਹਾਂ ਆਪਾਂ ਬਾਈ ਤਿਆਰੀ। ਕਹਿੰਦੇ ਫੁੱਲ ਆ ਤਿਆਰ ਤਿਉਰ ਹੋ ਗਏ ਆ ਅਤੇ ਸੁਖਵੰਤ ਵੀ ਆਈ ਜਾਂਦਾ। ਮੀਂਹ ਪਈ ਜਾਂਦਾ ਯਾਰ ਬਾਹਰ, ਪਰ ਕੋਈ ਗੱਲ ਨਹੀਂ, ਕੰਮ 'ਤੇ ਤਾਂ ਜਾਣਾ ਹੀ ਆ। ਆਪਣੀ ਗੱਡੀਆਂ ਖੜੀਆਂ, ਸਟਾਰਟ ਕਰਦੀ ਗੱਡੀ ਮੇਰੇ ਵਾਲੀ, ਅੱਗੇ ਵਾਲੀ, ਪਿੱਛੇ ਵਾਲੀ, ਸੁਖਵੰਤ ਵਾਲੀ ਆ। ਹੋ ਜਾ ਹੋ ਜਾ, ਹੋ ਗਈ, ਮਤਲਬ ਤੇਲ ਹੈਗਾ। ਅਤੇ ਮੌਸਮ ਵਧੀਆ ਵਾ, ਮੀਂਹ ਪਈ ਜਾਂਦਾ ਵਾ। ਚੱਲੇ ਹਾਂ ਗੁਰੂ ਘਰ, ਪਹਿਲਾਂ ਗੁਰੂ ਘਰ ਮੱਥਾ ਟੇਕ ਲਈ ਫਿਰ ਚੱਲਦੇ ਅੱਗੇ ਨੂੰ। ਬਾਈ ਚੱਕਰ ਇੱਦਾਂ ਚੱਲ ਗਿਆ, ਯਾਰਡ ਅਸੀਂ ਪਹੁੰਚ ਗਏ ਸੀਗੇ ਪਰ ਭਾਜੀ ਹੋਣੀ ਘਰੇ ਫੋਨ ਨਹੀਂ, ਬਟੂਆ ਭੁੱਲ ਗਏ ਅਤੇ ਹੁਣ ਉੱਥੇ ਜਾ ਕੇ ਕਾਰਡ ਲਾਉਣਾ ਸੀਗਾ, ਆਈਡੀ ਕਾਰਡ ਲਾਉਣਾ ਸੀਗਾ, ਲਾਇਸੈਂਸ ਲਾਉਣਾ ਸੀਗਾ ਅਤੇ ਦੇਖਿਆ ਕਿ ਬਟੂਆ ਹੈ ਨਹੀਂ। ਅਤੇ ਯਾਰ ਹੋਣੀ ਫਿਰ ਘਰੇ ਵਾਪਸ ਆਇਆ, ਅੱਧਾ ਘੰਟਾ ਗਏ, ਅੱਧਾ ਘੰਟਾ ਵਾਪਸ ਆਏ, ਹੁਣ ਫਿਰ ਘਰ ਵਾਪਸ ਆਏ ਬਟੂਆ ਲੈਣ। ਸੋ ਇੱਦਾਂ ਇੱਦਾਂ ਦੇ ਵੀ ਕੰਮ ਹੋ ਜਾਂਦੇ ਕਿਤੇ ਕਿਦਾਰ, ਅਤੇ ਤੁਸੀਂ ਇੱਦਾਂ ਦੇ ਕੰਮ ਨਾ ਕਰਿਆ ਕਰੋ। ਸੁਖਵੰਤ ਕਹਿੰਦੇ ਗੁਰੂ ਘਰ ਜਾਣਾ ਵਾ, ਮੱਥਾ ਟੇਕਣਾ ਵਾ, ਗਏ ਨੀ ਬੜਾ ਟਾਈਮ ਹੋ ਗਿਆ। ਚਲੋ ਕੋਈ ਗੱਲ ਨੀ, ਮੱਥਾ ਟੇਕ ਲੈਂਦੇ ਆ। ਬਾਬੇ ਦੀ ਬਲੈਸਿੰਗ ਵੀ ਜ਼ਰੂਰੀ ਹੈ ਕਿ ਨਹੀਂ? ਜ਼ਰੂਰੀ ਆ, ਗੇੜਾ ਵਧੀਆ ਲੱਗਣਾ ਚਾਹੀਦਾ, ਇਸ ਕਰਕੇ ਬਾਬੇ ਦੀ ਬਲੈਸਿੰਗ ਵੀ ਜ਼ਰੂਰੀ ਆ। ਸਵੇਰੇ ਉੱਠਦੇ ਨਾਲ ਹੀ ਕੀ ਕਰਨਾ ਚਾਹੀਦਾ, ਉੱਤੇ ਨੂੰ ਮੂੰਹ ਕਰਨਾ ਚਾਹੀਦਾ, ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਕਿੰਨਾ ਸੋਹਣਾ ਦਿਨ ਚੜਿਆ। ਕਿੰਨਾ ਸੋਹਣਾ, ਹਾਂਜੀ, ਕਿੰਨਾ ਵਧੀਆ ਵੈਦਰ ਅੱਜ ਵੇਖ। ਵੈਦਰ ਗੁੱਡ ਆ, ਵੈਦਰ ਕੈਨੇਡਾ ਗੁੱਡ ਹੀ ਹੁੰਦਾ। ਇੱਥੇ ਹੈ ਗੁਰੂ ਘਰ, ਮੈਨੂੰ ਲੱਗਦਾ ਗੁਰੂ ਘਰ ਇੱਥੇ ਨਵਾਂ ਖੁੱਲਿਆ, ਮੈਨੂੰ ਲੱਗਦਾ ਸਾਲ ਡੇਢ ਸਾਲ ਹੋਇਆ ਨਾ, ਵੀ ਡੇਢ ਕੁ ਸਾਲ ਹੋਇਆ। ਇੱਥੇ ਗੱਤਕਾ ਵੀ ਸਿਖਾਉਂਦੇ ਗੁਰਦੁਆਰੇ, ਪੰਜਾਬੀ ਵੀ ਸਿਖਾਉਂਦੇ ਆਪਣੇ ਗੁਰੂ ਘਰ, ਪੱਗ ਬੰਨ੍ਹਣੀ ਸਾਰਾ ਕੁਝ, ਸਾਰੀ ਇੱਦਾਂ ਦੀਆਂ ਚੀਜ਼ਾਂ, ਵਧੀਆ ਵਧੀਆ ਚੀਜ਼ਾਂ ਸਿਖਾਉਂਦੇ ਆ। ਬਾਈ ਕਹਿੰਦਾ ਪਹਿਲਾਂ ਸਾਨੂੰ ਜਾ ਲੈਣ ਦਿਓ, ਬਾਈ ਨੂੰ ਜਾ ਲੈਂਦੀ, ਠੀਕ ਆ, ਓਕੇ, ਨੋ ਪ੍ਰੋਬਲਮ। ਹਾਂ ਬਾਈ ਗੁਰੂ ਘਰ ਇੱਕ ਛੋਟਾ ਜਿਹਾ ਇਹਨਾਂ ਨੇ ਖੋਲ੍ਹਿਆ ਇੱਥੇ, ਵਧੀਆ। ਬਟ ਦੀਵਾਨ ਹਾਲ ਗੁਰਦੁਆਰਾ ਸਾਹਿਬ, ਵਾਹਿਗੁਰੂ, ਰਸ਼ ਹੈ ਨਹੀਂ, ਹੈ ਵੀਕਡੇਜ਼ ਹੈ ਨਾ। ਚਾਹ ਲੈ ਕੇ ਆਏ ਸੀਗੇ ਆਪਣੇ ਡਰਾਈਵਰ ਭਰਾਵਾਂ ਲਈ, ਬਾਈ ਟ੍ਰੇਲਰ ਟਰੂਲਰ ਕੱਢ ਲਏ ਸੀਗੇ ਹੁੱਕ, ਮੈਂ ਵੀ ਸੁਖਵੰਤ ਨੇ ਵੀ, ਗੇੜਾ ਸਾਡਾ ਇਕੱਠਾ ਸੇਮ ਹੀ ਆ, ਕਿਊਬਿਕ ਜਾਣਾ ਆਪਾਂ, ਤੇ ਸਾਹ ਹੋਏ ਦਾ ਟਰੱਕ ਵੀ ਵਿਅਸਤ, ਦੋਨੋਂ ਜਿਹੜੇ ਇਕੱਠੇ ਚੱਲੇ ਹਾਂ ਅੱਜ।
ਦੇਖਦੇ ਹਾਂ ਕੀ ਹੁੰਦਾ, ਕਿੰਨੀ ਕੁ ਧੱਕ ਪੈਂਦੀ ਆ। ਬਾਕੀ ਹੁਣ ਥੋੜ੍ਹਾ ਬਹੁਤ ਤੇਲ ਪਾਣੀ ਚੈੱਕ ਕਰ ਲਈਏ, ਥੋੜ੍ਹਾ ਯਾਰ ਕੂਲੈਂਟ ਲੀਕ ਆ ਇਹਦਾ, ਪ੍ਰੋਬਲਮ ਜੀ ਆ ਗਈ ਇਹ 'ਚ। ਕੋਈ ਗੱਲ ਨਹੀਂ, ਕਰਾਉਂਦੇ ਇਹਨੂੰ ਵੀ ਸੈੱਟ, ਇੱਥੋਂ ਹੁੰਦਾ। ਕਹਿੰਦੇ ਲੋਡ ਆ ਬਾਈ ਟਿਸ਼ੂ ਪੇਪਰਾਂ ਦਾ, ਲੋਡ ਵਾਰ ਨਾ ਵੀ ਲੈਂਗੇ ਤਾਂ ਵੀ ਸਹੀ ਆ। ਨਹੀਂ ਲੋਡ ਵਾਰ ਲਾਉਣੀ ਪੈਣੀ ਆ ਸੇਫ ਸਾਈਡ ਲਈ, ਸਟ੍ਰੈਪ ਲੱਗਦੀ ਨਹੀਂ ਵੀ, ਸਿਕਿਓਰ ਤਾਂ ਕਰਨਾ ਹੀ ਪੈਣਾ ਬਾਈ। ਕਿਉਂ ਆਹੋ ਇੱਦਾਂ ਤਾਂ ਪੈਸੇ ਕੱਟੇ ਜਾਂਦੇ ਆ। ਮਾੜਾ ਦੱਸ ਦੇ ਕਿੱਦਾਂ ਲੱਗਦੀ ਆ, ਐਕਸਟੈਂਸ਼ਨ ਹੁੰਦੀ ਆ ਇਹਦੇ ਵਿੱਚ ਕਰਕੇ ਸੈੱਟ ਕਰ ਦੇ, ਇੱਥੇ ਲਾਗ ਲੱਗ ਜਾਣਾ ਇਹਨੂੰ, ਆਪਾਂ ਐਰ ਕੰਨੀ ਨੇ ਹਟ ਜਾਣਾ ਇਹਦੇ ਵਿੱਚ। ਆਓ ਖਰਾਬ ਆ ਵੀ, ਖਰਾਬ ਆ ਬਸ ਕਰਤੀ ਉਹੀ ਗੱਲ। ਦੂਜੀ ਲੈ ਗਿਆ ਆਪਾਂ, ਦੂਜੀ ਭਰਾਵਾ ਇੱਕ ਤਾਂ ਲਾ ਕੇ ਲਿਆਂਦੇ ਆ, ਦੂਜੀ ਕਿੱਥੋਂ ਲੈਵਾਂ। ਠੀਕ ਆ, ਨਹੀਂ ਠੀਕ ਆ, ਪੱਕੀ ਗੱਲ ਆ, ਮਿਸ਼ਨ ਅਨਸਕਸੈਸਫੁਲ, ਛੱਡੋ ਆਇਓ। ਹੁੰਦੀ ਹੁੰਦੀ ਨਾ ਜਿਹੜੀ ਕੁੰਡੀ ਹੁੰਦੀ ਆ, ਹਾਂ ਫਸਣੀ ਚਾਹੀਦੀ ਇਹਦੇ ਵਿੱਚ। ਆ ਲੌਕ ਡੇਟਾ ਹੋ ਜਾਵਾ ਕਿਸੇ ਨੇ, ਚੱਲ ਕੋਈ ਗੱਲ ਨਹੀਂ ਕਰਦਾ ਮੈਂ ਕੁਛ ਇਲਾਜ ਇਹਦਾ। ਕਹਿੰਦੇ ਫੋਟੋਗ੍ਰਾਫੀ ਪੂਰੇ ਲੈਵਲ 'ਤੇ ਹੋ ਰਹੀ ਆ, ਲੈਵਲ ਸਭ ਕੇ ਨਿਕਲੇਂਗੇ, ਨਿਕਲੇਂਗੇ ਉਸਕੇ ਜੋ ਖੜਾ ਰਹੇਗਾ, ਇਸ ਕਰਕੇ ਹਮ ਖੜੇ ਹਾਂ। ਇਹਦਾ ਟਰੱਕ ਵੀ ਖੜਾ ਨਾ ਪਿੱਛੇ, ਉਹ ਇੰਡੀਕੇਟਰ ਦੇਖਦਾ ਹੋਊਗਾ, ਹੋਇਆ ਪਤਾ ਨਹੀਂ ਸ਼ੌਂਕ ਪੂਰਾ ਜਾਏ ਕਿ ਨਹੀਂ। ਵਧੀਆ ਜੀ, ਚੱਲੀਏ ਹੁਣ ਕੰਮ ਖੇਡੀਏ ਪੂਰਾ। ਚਲ ਓਕੇ, ਚਲ ਖਿੱਚੀਏ। ਓਕੇ ਬਰੋ, ਆ ਜਾ। ਇਹ ਤਾਂ ਕਹਿੰਦੇ ਤੁਰੇ ਆ, ਇਹ ਤਾਂ ਬੜੀ ਵਾਰ ਰੋਕਣਾ ਇਹਨੇ, ਇਹ ਤਾਂ ਪਹਿਲਾਂ ਚਾਹ ਪੀਊਗਾ, ਫਿਰ ਕੁਝ ਖਾਊਗਾ, ਫਿਰ ਤੇਲ ਪਾਊਗਾ, ਬੜੀ ਵਾਰ ਰੋਕਣਾ ਇਹਦਾ ਜਾਣਾ, 4 ਘੰਟੇ ਦੂਰ ਰੱਖ ਜਾਣਾ, ਕੋਈ ਬਾਹਲੀ ਦੂਰ ਨਹੀਂ ਗਾ, ਪਰ ਰੁਕਣਾ ਬਾਅਦ ਬੜਾ ਪੈਂਦਾ ਇਹਦੇ ਕਰਕੇ। ਚਲੋ ਕੋਈ ਚੱਕਰ ਨਹੀਂ ਬਾਈ, ਨਿਕਲੇ ਨੂੰ ਘੱਟੋ ਘੱਟ ਵੀ 1.5 ਘੰਟਾ ਹੋ ਗਿਆ, ਜਾਮ ਨਹੀਂ ਮੁੱਕਣ ਦਿਆ ਰਿਹਾ। ਐਂ ਥੋੜ੍ਹਾ ਕਹਿੰਦੇ ਆ ਵਰਲਡ ਦਾ ਬਿਜ਼ੀਐਸਟ ਹਾਈਵੇ ਆ, ਸੋ ਤੁਸੀਂ ਦੇਖ ਸਕਦੇ ਹੋ ਵਰਲਡ ਦਾ ਬਿਜ਼ੀਐਸਟ ਹਾਈਵੇ ਆ 401, ਅਤੇ ਹਜੇ ਵੀ ਜਾਮ ਲੱਗਾ ਹੀ ਹੋਇਆ, ਚੱਲਦਾ ਫਿਰਦਾ ਹੈਗਾ ਹੀ ਆ। ਆਓ ਦਿਖਾਉਂਦੇ ਹਾਂ ਤੁਹਾਨੂੰ ਸਾਰੇ ਕਿੱਥੇ ਜਾਮ ਹੀ ਜਾਮ ਆ। ਮੌਸਮ ਵਧੀਆ, ਮੌਸਮ ਮੀਂਹ ਵਾਲਾ ਕਰਕੇ ਜ਼ਿਆਦਾ ਜਾਮ ਹੋ ਜਾਂਦਾ। ਚਲੋ ਬਾਈ, ਤੁਹਾਨੂੰ ਕਿਹਾ ਸੀਗਾ ਕਿ ਅਜੇ ਤਾਂ ਤੁਰੇ ਹਾਂ, ਇਹ ਤਾਂ ਬੜਾ ਰੁਕਣਾ ਵਾ, ਸੋ ਆਪਣਾ ਔਨ ਰੂਟ ਆਇਆ ਹੀ ਹੈ, ਪਹਿਲੀ ਬ੍ਰੇਕ ਆਪਣੀ ਲੱਗ ਗਈ ਆ, ਹਜੇ ਮੈਨੀ ਮੋਰ ਬ੍ਰੇਕਸ ਟੂ ਕਮ। ਚਾਹ ਚੱਕ ਲਈ ਆ ਭਾਅ ਜੀ ਨੇ, ਆ ਗਏ ਜੀ, ਆ ਗਏ, ਲਾਤੀਆਂ ਬ੍ਰੇਕਾਂ। ਕਿਉਂ ਚਮਕਦੇ ਪੂਰੇ ਕਿ ਨਹੀਂ, ਪਹੁੰਚ ਆਏ ਸਵੇਰੇ, ਲਾਉਣਾ 3:30 ਵਜੇ ਮੈਂ ਲਾਉਣਾ, 4:30 ਵਜੇ ਇੰਨੇ ਲਾਉਣਾ, ਇਕੱਠਾ ਇੱਕੋ ਹੀ ਥਾਂ 'ਤੇ ਆਏ ਸੀਗੇ। ਕੀ ਕਹਿੰਦੇ ਹੋ, ਕਿਹਦੀ ਗੱਲਬਾਤ ਜ਼ਿਆਦਾ ਲੱਗਦੀ ਆ, ਮੈਨੂੰ ਪਤਾ ਤੁਸੀਂ ਔਰੇਂਜ ਹੀ ਕਹਿਣਾ। ਬਾਈ ਪਿਕਅਪ ਕਰਨ ਆਏ ਸੀਗੇ, ਮੀਂਹ ਪਈ ਜਾਂਦਾ, ਲੋਕੇਸ਼ਨ ਆ, ਅਤੇ ਅੰਦਰੋਂ ਟਰੱਕ ਮੋੜਨਾ ਨਹੀਂ, ਅੰਦਰੋਂ ਦੇਖ ਕੇ ਆ ਗਏ ਹਾਂ।
ਤੇ ਸਾਹਮਣੇ ਕਹਿੰਦਾ ਤੁਸੀਂ ਜਾ ਨਹੀਂ ਸਕਦੇ, ਉੱਧਰ ਅਲਾਓ ਨੀਗਾ। ਹੁਣ ਇੱਧਰੋਂ ਸੜਕ ਤੋਂ ਹੀ ਬਲਾਈਂਡ ਬੈਕ ਲੈ ਕੇ ਜਾਣੀ ਪੈਣੀ ਇੱਧਰ ਅੰਦਰ। ਟਰਾਈ ਕਰਦੇ ਹਾਂ, ਉਹ ਕਹਿੰਦੇ ਚੱਲ ਜਾਂਦਾ ਵਾ, ਬਟ ਆਪਣੇ ਕੋਲ ਟਰੱਕ ਵੱਡਾ ਵਾ, ਮੈਨੂੰ ਲੱਗਦਾ ਨਹੀਂ ਹੋਊਗਾ। ਬਾਕੀ ਟਰਾਈ ਕਰਕੇ ਦੇਖਦੇ ਹਾਂ, ਟਰਾਈ ਕਰਨ 'ਤੇ ਹੀ ਆ। ਇਹੋ ਜਿਹੇ ਦਿਨ ਦੇਖਣੇ ਪੈਂਦੇ ਆ, ਕਹਿੰਦੇ ਸਾਰਾ ਟ੍ਰੇਲਰ ਆਪ ਲੋਡ ਕਰਨਾ ਮੈਂ, ਫਸਟ ਟਾਈਮ ਹੋ ਰਿਹਾ ਬਈ, ਵਲੌਗ ਵੀ ਫਸਟ ਟਾਈਮ ਆ ਰਿਹਾ ਇੱਦਾਂ ਦਾ, ਅਤੇ ਫਸਟ ਟਾਈਮ ਇੱਦਾਂ ਦੇ ਕੰਮ ਵੀ ਹੋ ਰਿਹਾ ਬਈ। ਲੋਡ ਆਪਣਾ ਹੋ ਗਿਆ ਰੈਡੀ, ਪਸੀਨੋ ਪਸੀਨ ਹੋ ਗਿਆ ਠੰਡ ਦੇ ਮਾਹੌਲ 'ਚ ਵੀ। ਆਹ ਦੇਖ ਲਓ ਕਿੱਡਾ ਜਮ੍ਹਾਂ ਪਿੱਛੋਂ ਤੱਕ ਆ ਗਈਆਂ, ਅਤੇ ਲੋਡ ਤਾਂ ਆਪ ਕੀਤੀਆਂ, ਅਤੇ ਮੈਨੂੰ ਹੁਣ ਕਹਿੰਦੇ ਅਨਲੋਡ ਵੀ ਆਪ ਹੀ ਕਰਨਾ। ਹੁਣ ਦੇਖੋ ਯਾਰ ਕੀ ਚੱਕਰ ਪੈਂਦਾ, ਯੂਨੀਵਰਸਿਟੀ ਡਿਲੀਵਰੀ ਆ, ਅਨਲੋਡ ਵੀ ਆਪ ਕਰਨਾ ਪੈਣਾ, ਇੰਨੇ 'ਚ ਹੀ ਜਿੰਮ ਹੋ ਜਾਂਦੀ ਆ। ਉੱਦਾਂ ਤਾਂ ਜਿੰਮ ਲੱਗਦੀ ਨਹੀਂ, ਇੱਦਾਂ ਲਵਾ ਦਿੰਦੇ ਹੁੰਦੇ ਆ, ਇਹਨੇ ਇੱਦਾਂ ਲਾ ਲਿਆ ਕਰੋ। ਚਲੋ ਕੋਈ ਚੱਕਰ ਨਹੀਂ, ਦੱਸਦੇ। ਹਾਂਜੀ ਵੀ ਮੋਰਨਿੰਗ ਹੋਈ ਸੀ, ਗੁੱਡ ਮੋਰਨਿੰਗ ਕਿ ਦੁਪਹਿਰ ਹੀ ਹੋ ਗਿਆ ਹੁਣ ਤਾਂ। ਅਤੇ ਡਿਲੀਵਰੀ ਕਰਨ ਆਏ ਸੀਗੇ ਹੈਲੀਫੈਕਸ, ਹੈਲੀਫੈਕਸ ਦੇ ਡਾਊਨ ਟਾਊਨ 'ਚ, ਡਾਊਨ ਟਾਊਨ ਵੀ ਕਾਹਦਾ, ਯੂਨੀਵਰਸਿਟੀ 'ਚ ਆਏ ਹਾਂ ਕਿਸੇ ਡਿਲੀਵਰੀ ਕਰਨ, ਅਤੇ ਡਿਲੀਵਰੀ ਇੱਥੇ ਹੋਈ ਜਾਂਦੀ ਆ। ਆਹ ਦੇਖੋ ਅਤੇ ਸਟਰੀਟ 'ਤੇ ਇੱਦਾਂ ਟਰੱਕ ਲਾਇਆ ਹੋਇਆ, ਗੱਡੀਆਂ ਆਈ ਆਈ ਜਾਂਦੀਆਂ ਨੇ, ਅਤੇ ਟਾਈਮ ਤਾਂ ਆਪਣੇ ਕੋਲ ਵਾਧੂ ਸੀਗਾ, ਬਟ ਹੁਣ ਇਹ ਟਾਈਮ ਜ਼ਿਆਦਾ ਲਾਈ ਜਾਂਦੇ, ਮੈਨੂੰ ਲੱਗਦਾ ਹੋਰ ਜ਼ਿਆਦਾ ਲੱਗੂਗਾ। ਪਹਿਲਾਂ ਤਾਂ ਵਾਧੂ ਸੀਗਾ, 2 ਘੰਟੇ ਲੈ ਕੇ ਚੱਲੇ ਸੀਗੇ, 2 ਘੰਟਿਆਂ ਦਾ ਟਾਈਮ ਹੋਊਗਾ, ਬਟ ਨਹੀਂ, ਇਹ 2 ਘੰਟੇ ਤੋਂ ਵੱਧ ਲੈਣਗੇ, 2 ਘੰਟੇ ਤਾਂ ਸੀਗੇ ਆਪਣੇ ਕੋਲ। ਜੋਬ ਇਹਨਾਂ ਦੀ ਕੀ ਆ, ਖੜ੍ਹਨਾ, ਤੁਹਾਨੂੰ ਦਿਖਾਉਂਦਾ ਜੋਬ ਇਹਨਾਂ ਦੀ ਕੀ, ਇੱਦਾਂ ਖੜ੍ਹਨਾ ਬਸ, ਇਹਦੇ ਪੈਸੇ ਲੈ ਰਹੇ ਆ ਖੜ੍ਹਨ ਦੇ। ਆ ਹੋ ਗਿਆ ਇੱਕ, ਉਹ ਖੜ ਗਿਆ, ਤੀਜਾ ਉਹ ਸਾਹਮਣੇ ਖੜ੍ਹਾ ਉੱਧਰ। ਵਧੀਆ ਦਾਦਾ, ਯੂਨੀਵਰਸਿਟੀ ਵਧੀਆ, ਗੋਰੇ ਗਾਰੇ ਹੈਗੇ ਇੱਥੇ, ਦੇਖਦੇ ਆ ਪੰਜਾਬੀ, ਮੈਨੂੰ ਲੱਗਦਾ ਇਕੱਲਾ ਮੈਂ ਹੀ ਇੱਥੇ ਘੁੰਮ ਰਿਹਾ, ਬਾਕੀ ਤਾਂ ਗੋਰੇ ਹੀ ਆ। ਬਾਕੀ ਦੇਖਦੇ ਆ ਕਿੰਨਾ ਟਾਈਮ ਹੋਰ ਲਾਉਂਦੇ ਆ ਡਿਲੀਵਰੀ ਕਰਨ 'ਚ। ਸੁਖਵੰਤ ਬਾਈ ਫਿਰ ਤੋਂ ਮਿਲ ਗਏ ਆ, ਅਤੇ ਰੋਟੀ ਦਾ ਪ੍ਰਬੰਧ ਹੋਣ ਲੱਗਾ ਵਾ, ਰੋਟੀ ਰੁਟੀ ਗਰਮ ਕਰਨ ਲੱਗੇ ਹਾਂ। ਕਹਿੰਦੇ ਇੱਦਾਂ ਨਹੀਂ ਸੋਣਾ, ਰੋਟੀ ਖਾ ਕੇ ਸੋਣਾ। ਫਿਲਮ ਲਾ ਤੀ ਆਪਾਂ ਨਵੀਂ ਕੋਈ ਆਈ ਆ ਵਾਈਲਡ ਪੰਜਾਬੀ, ਨੈਟਫਲਿਕਸ ਚੱਲਦਾ, ਮੂਵੀਆਂ ਵੀ ਇੱਥੇ ਦੇਖੀ ਦੀ ਹੁੰਦੀ ਆ। ਤੇ ਬਾਕੀ ਰੋਟੀ ਰੋਟੀ ਗਰਮ ਕਰੋ ਯਾਰ, ਖਾਈਏ ਤੇ ਸੋਈਏ। ਕਹਿੰਦੇ ਜੀ ਟਰੱਕ ਬੈਕ ਲੈ ਕੇ ਜਾਣਾ ਪੈਣਾ 1.5 ਕਿਲੋਮੀਟਰ ਸਿੱਧਾ ਸਟ੍ਰੇਟ, ਇਸ ਯੂਨੀਵਰਸਿਟੀ ਆ, ਕੋਈ ਰਾਈਟ ਟਰਨ ਨਹੀਂ ਗਾ, ਕੋਈ ਅੱਗੇ ਕੋਈ ਕੁਛ ਨਹੀਂ ਗਾ। ਕਹਿੰਦੇ ਇੱਦਾਂ ਹੀ ਲੈ ਕੇ ਜਾਣਾ ਪੈਣਾ, ਤੁਹਾਨੂੰ ਐਡਜਸਟ ਕਰਨਾ ਪੈਣਾ। ਮੈਂ ਕਿਹਾ ਚਲੋ ਕੋਈ ਨਹੀਂ, ਦੇਖਦੇ ਹਾਂ। ਬਾਕੀ ਟਰਾਈ ਕੀਤਾ ਸੀਗਾ ਵਲੋਗ ਜਿੱਦਾਂ ਦਾ ਵੀ ਬਣਿਆ, ਚਲੋ ਹੁਣ ਤਾਂ ਚੱਲੇ ਆ ਘਰ ਨੂੰ ਵਾਪਸ, ਬੈਕ ਟੂ ਹੋਮ ਆ। ਫਿਰ ਨੈਕਸਟ ਵੀਡੀਓ 'ਚ ਕਦੇ ਮਿਲਦੇ ਹਾਂ, ਜੇ ਕਦੇ ਬਣੀ, ਜੇ ਕੋਈ ਚਾਹੀਦੀ ਬਣੀ ਤਾਂ, ਸਮਝ ਸਕਦੇ ਹੋ ਤੁਸੀਂ। ਸੋ ਬਾਏ।